ਤੇਰਾ
ਹੋਰ ਲਾਲਿਆ ਮੀਆਂ ਨੇ ਹੱਪੜ ਕਿੱਥੇ ਘਮਰੂ ਡਰਦਾ ਸਿੱਧੂ ਸਿਆਲਾ ਨੀ ਅੱਜ ਦਿਆਂ ਸਤਾਰਾਂ ਨੂੰ ਨੀ ਉਹਨੇ ਦਿਖਾਉਂਦਾ ਮੈਨੂੰ ਵੈਰੀ ਕਹਿੰਦੇ ਨੇ ਮਾਮਾ ਜੀ ਪਾਣੀ ਦੀ ਬੋਤਲ ਫੜਾ ਦੇ ਯਾਰ ਮੇਰੇ ਸਾਰੇ ਅੱਗ ਲਾਉਂਦੇ
ਉਹ ਮੁੰਡਾ ਤਾਂ ਸਾਊ ਹੋਇਓ ਤੇ ਵੀ ਕੱਪੜੇ ਕਾਊ ਅੱਜ ਤੂੰ ਮੁੰਚਿਆ ਦੋ ਲਿਖਦਾ ਕੀਤਾ ਓ ਪਰ ਸਟੇਕ
ਪਾਸੇ ਉੱਪਰ ਲੰਘਣ ਉੱਚੀਆਂ ਨੇ ਗੱਲਾਂ ਮੇਰੇ ਉੱਚੀਆਂ ਨੇ ਗੱਲਾਂ ਮੇਰੇ ਉੱਚੀਆਂ ਨੇ ਗੱਲਾਂ ਮੇਰੇ ਲਵ ਯੂ ਬੇਟਾ ਲਵ ਯੂ
ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆਉਣ ਦੋ ਗਿਆ ਠੰਡਾ ਨਾ ਪਵੇ ਕੰਮ Oh!
ਕੇ ਜਦ ਸਾਹਿਬਾਂ ਨੂੰ ਮੈਂ ਜਿਨੇ ਨਾਲ
ਆ ਲਾਈਨਾਂ ਤੁਸੀਂ ਪੂਰੀਆਂ ਕਰਦੀਆਂ, ਉਹ ਆ ਚੰਦ ਨੀ ਰੱਖੋ ਭਰਾ, ਮੈਂ ਤਾਂ ਮੰਗਣ ਦੇ ਹੁਣ ਦੇਖੇ ਨੇ ਲਾਈਟਾਂ ਹੋ ਨਹੀਂ ਰਹਿਣ ਦੇ। ਅਜੇ ਬਸ ਤੀਸਰੀ ਦਿਖਾਇਆ ਹਲਵੰਦਾ ਰੱਖੀ ਮਨ ਵਿੱਚ ਵੀਰੇ ਗਾਣੀ ਮੇਰੇ ਦੋਵਾਂ ਭੁੱਲੀ ਗਏ ਸੀ, ਸਵਾਲ ਆ ਰਿਹਾ ਪੂਰਾ ਠੀਕ ਹੈ ਨਾ ਜੀ। ਗਾਣੇ ਤਾਂ ਸੁਣਾਈ ਚੱਲਾਂਗੇ, ਬਸ ਵੀ ਆਪਣਾ ਸਿਹਤ ਦਾ ਖਿਆਲ ਰੱਖੋ। ਆ ਰੂਲ ਰਾਲ ਚੇਂਜ ਹੁੰਦੇ ਰਹਿੰਦੇ, ਆ ਦੌੜਾਂ ਨਹੀਂ ਹੈਗਾ ਠੀਕ ਹੈ ਨਾ। ਇਹ ਸਾਰੀ ਜ਼ਿੰਦਗੀ ਕੁਛ ਨਾ ਕੁਛ ਕੁੱਤਵਣਾ ਚੱਲੀ ਜਾਂਦੇ ਰਹਿੰਦੇ ਜ਼ਿੰਦਗੀ 'ਚ, ਨਾਲੇ ਤੁਹਾਨੂੰ ਪਤਾ ਆਪਣੇ 'ਚ ਪੰਜਾਬੀਆਂ ਸਾਰਿਆਂ 'ਚ ਇੱਕ ਟੈਲੈਂਟ ਤਾਂ ਹੈਗਾ ਵੀ ਆਪਾਂ ਢੀਠ ਹਾਂ, ਬਸ ਢੀਠ ਜੋ ਕੇ ਲੱਗੇ ਰਹੋ। ਬਾਬਾ ਆਪੇ ਹੀ ਸੁਣੂਗਾ, ਬਾਬਾ ਉਹਨਾਂ ਨੇ ਸਾਰਿਆਂ ਦਾ ਦੇਖ ਰਿਹਾ ਉੱਥੇ, ਖਿਆਲ ਰੱਖ ਲਓ। ਹੋ ਏਰੀਏ ਕਿਉਂ ਫਿਰਦੇ ਆ ਭੈਣੇ ਕਰਦੇ ਸਿੱਧੇ ਨਾ ਸਿੱਧੂ ਨੂੰ ਕੀ ਹੋ ਗਿਆ ਬਾਈ, ਬਈ ਨਾ ਜੇ ਨਾ ਹੱਤਾ ਵੀ ਉਹ ਭਾਈਆਂ ਜਿਹਾ ਮਾਣ ਮਿਲਦੇ ਉਹ ਸਾਡ ਸਾਰੇ ਨਾਲ ਸਾਲੇ ਕਿਉਂ ਲਿਆ ਹਰ ਰੌਣਾ ਤੁਸੀਂ ਉਦੋਂ ਮੈਂ ਕਦੇ ਨਹੀਂ ਆਉਣਾ ਤੁਸੀਂ ਉਦੋਂ ਕਦੇ ਨਹੀਂ ਆਉਣਾ ਤੁਸੀਂ। ਮੈਂ ਨਾ ਮੇਰੇ ਨਾਲ ਛੋਟੇ ਕੁਛ ਬੋਲਿਆ ਸੀ ਵੀ ਗਾਣੇ ਕਾਪੀ ਹੁੰਦੇ ਆ, ਸਾਰੇ ਮੇਰੇ ਦੀ ਸਕੀਮ ਲਾਉਣ ਲੱਗ ਗਏ, ਫੋਟੋਆਂ ਕੱਢਣ ਲੱਗ ਗਏ। ਦੱਸ ਅੱਜ ਕੱਲ੍ਹ ਲੋਕ ਕਹਿੰਦੇ ਜਿਹਦੀ ਬਰਾਬਰੀ ਨਾ ਹੋਵੇ ਨਾ ਉਹਦੀ ਬਦਨਾਮੀ ਕਰਨੀ ਸ਼ੁਰੂ ਕਰ ਦਿਓ, ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਦਾ ਪ੍ਰਾਹੁਣਾ ਬਦਨਾਮੀ ਨਾਲ ਵੀ ਨਹੀਂ ਲੋਟ ਆਉਣਾ। ਜੇ ਅੱਜ ਇੰਨੇ ਬੰਦੇ ਇੰਨੇ ਮੇਰੇ ਭਰਾ ਤੇ ਮੇਰੀਆਂ ਭੈਣਾਂ ਮੈਨੂੰ ਦੇਖਣਾ ਹੈ ਨਾ, ਮੇਰੀ ਕਲਮ ਕਰਕੇ ਦੇਖਣਾ ਹੈ, ਕਰੈਕਟਰ ਕਰਕੇ ਨਹੀਂ ਦੇਖਣਾ ਹੈ। ਕੋਈ ਪਰਵਾਹ ਨਹੀਂ, ਇਹ ਜਿਹੜੀਆਂ ਹਵਾ ਦੇ ਧੱਫਿਆਂ ਦੀ ਜਿਹੜਾ ਖੌਫ ਹੁੰਦਾ ਨਾ ਟਾਣੀਆਂ ਨੂੰ ਹੁੰਦਾ, ਪਹਾੜਾਂ ਨੂੰ ਨਹੀਂ ਹੁੰਦਾ, ਤੇ ਖਾਸ ਖਾਸ ਕਰਕੇ ਉਹ ਪਹਾੜ ਨੂੰ ਤਾਂ ਜਮੀਨ ਜਿਹਨਾਂ ਨੂੰ ਤੁਹਾਡੇ ਵਰਗੇ ਭੈਣ ਭਰਾਵਾਂ ਨੇ ਬਣਾਇਆ ਹੋਵੇ। ਇਹ ਦਿਮਾਗ ਨਾਲ ਕਦੇ ਚੀਜ਼ਾਂ ਸੋਚਿਆ ਕਰੋ ਮੇਰਾ ਵੀਰ, ਵੀ ਕਿਸੇ ਦੇ ਖਿਲਾਫ਼ ਕੋਈ ਬੋਲ ਰਿਹਾ ਤਾਂ ਕਦੋਂ ਬੋਲ ਰਿਹਾ, ਕਿੱਧਰੋਂ ਚੀਜ਼ ਹੋ ਰਹੀ ਹੈ। ਉੱਧਰ ਛੋਟੇ ਬੋਲਿਆ, ਉਦੋਂ ਬਾਅਦ ਵੀ ਸਿੱਧੂ ਦਾ ਤਾਂ ਫਲਾਨਾ ਹੋ ਗਿਆ ਜੀ, ਸਿੱਧੂ ਦਾ ਧਿਲਕਾ ਹੋ ਗਿਆ ਵੀ ਤੁਸੀਂ ਸਾਗ ਨਾ ਪਾਉਣਾ। ਨਾਲੇ ਜਿੱਦਣ ਕੁਛ ਇਹੋ ਜਿਹਾ ਹੋਇਆ ਨਾ, ਆਹ ਤਿੰਨ ਚਾਰ ਇੰਸਟਾਗ੍ਰਾਮ ਵਾਲੇ ਜਿਹਨਾਂ ਨੂੰ ਬੜਾ ਫਿਕਰ ਹੈ ਮੇਰੇ ਵਿਆਹ ਦੇ, ਇਹਨਾਂ ਨੂੰ ਤਾਂ ਕਾਰ ਸਪੈਸ਼ਲ ਕੋਲ ਭੇਜੂ, ਵਿਆਹ ਲਓ ਅੱਜ ਹੈਗਾ ਜੀ, ਨਿੱਕੇ ਪ੍ਰਾਣੀ ਨੂੰ ਸਾਗਨ ਜ਼ਰੂਰ ਪਾ ਕੇ ਜਾਇਓ।
ਹੁਣ ਮੈਂ ਇੱਕ ਗੱਲ ਦੱਸਦਾ, ਇਹ ਕੱਲ ਨੂੰ ਬਹੁਤ ਕੁਛ ਕਹਿਣਗੇ, ਸਿੱਧੂ ਤਾਂ ਜੀ ਨਸ਼ੇ ਕਰਦਾ, ਸਿੱਧੂ ਤਾਂ ਜੀ ਕੁੜੀ ਨਾਲ ਤੁਰਿਆ ਫਿਰਦਾ, ਸਿੱਧੂ ਤਾਂ ਫਲਾਨਿਆ ਕਰਦਾ, ਸਿੱਧੂ ਤਾਂ ਐਂ ਹੀ ਕਰੂੰਗਾ ਯਾਰ। ਗਾਣੇ ਚੱਲ ਰਹੇ ਹਨ, ਗਾਣੇ ਵਧੀਆ ਲੱਗ ਰਹੇ ਹਨ, ਸੁਣੀ ਚੱਲੋਗਾ ਤੁਸੀਂ ਵੀ ਲੈਣਾ। ਇਹ ਮੇਰਾ ਵੀਰ ਧਿਆਨ ਨਾਲ ਸੋਚਿਆ ਕਰੋ, ਜਦੋਂ ਇੱਕ ਆਮ ਕਮਿਊਨਿਟੀ ਚੋਂ ਕੋਈ ਆਮ ਬੰਦਾ ਉੱਠਦਾ ਨਾ, ਇਸ ਸਾਰੇ ਜਿਹੇ ਲੰਡੂ ਪੰਜੂ 20 ਲੱਤਾਂ ਗੱਚਣ ਨੂੰ ਉੱਠਦੇ ਆ। ਠੀਕ ਹੈ ਨਾ ਵੀਰੇ, ਇਹਨਾਂ ਪੇਜਾਂ ਦਾ ਕੰਮ ਕੀ ਹੈ, ਫੋਨ ਕੱਢਣਾ, ਪੋਸਟ ਪਾਉਣੀ, ਟੁੱਕ ਖਾਣਾ ਤੇ ਸੌ ਜਾਣਾ, ਫਿਰ ਉੱਠਣਾ, ਫਿਰ ਪੋਸਟ ਪਾਉਣੀ। ਇੰਨੇ ਯੋਗੇ ਨੇ, ਇਹਨਾਂ ਨੂੰ ਇੱਥੋਂ ਨਹੀਂ ਸਟਰਗਲ ਦਾ ਨਹੀਂ ਪਤਾ ਵੀ ਇੱਥੇ ਕਿਵੇਂ ਮਿਹਨਤ ਲਾ ਕੇ ਬੰਦਾ ਕਿਵੇਂ ਖੜਾ ਹੁੰਦਾ। ਜਿੰਨੇ ਵੀ ਹੈਗੇ ਨਾ ਮੇਰਾ ਵੀਰ, ਬੜੇ ਕੁਐਸਚਨ ਜੇ ਕਰਦੇ ਹੁੰਦੇ, ਜਵਾਬ ਦੇ ਲਿਆ ਕਰੋ, ਠੋਕ ਕੇ ਵੀ ਆਹ ਗੱਲ ਕਹਿ ਕੇ ਗਿਆ ਭਾਈ ਸਾਡਾ। ਠੀਕ ਹੈ ਨਾ ਜੀ, ਨਾਲੇ ਮੈਂ ਤਾਂ ਇਹੋ ਜਿਹਾ ਬੰਦਾ, ਮੇਰਾ ਤਾਂ ਕਲਾਨਾ ਦਿਮਾਗ ਹੈ ਜਮੀ, ਜਿੰਨਾ ਮੈਨੂੰ ਕੋਈ ਠਿੱਠ ਕਰਦਾ ਨਾ ਉਹਦੇ ਉਨੇ ਲੀੜੇ ਪਾੜਦਾ ਤੇ ਉਨੀ ਪਾੜੂੰਗਾ। ਆ ਕੰਟਰੋਵਰਸੀਆਂ ਦਾ, ਆ ਰੌਲੇ ਰੱਪਿਆਂ ਦਾ ਇੱਥੇ ਕੋਈ ਅਸਰ ਨਹੀਂ। ਜਿੰਨਾ ਚਿਰ ਤੁਹਾਡੇ ਭੈਣਾਂ ਭਰਾਵਾਂ ਦਾ ਪਿਆਰ ਹੈਗਾ ਨਾ ਜੀ, ਬਸ ਐਂ ਚੱਲੂਗਾ ਕੰਮ, ਬਸ ਪਿਆਰ ਨਾ ਤੁਹਾਡੇ ਕਦੇ ਮਿਲਦਾ। ਠੀਕ ਹੈ ਨਾ ਜੀ, ਮੇਰੇ ਮਾਂ ਪਿਓ ਦਾ ਹੌਸਲਾ ਜਾਂ ਤੁਹਾਡਾ ਹੌਸਲਾ, ਬਾਕੀ ਦੁੱਕੀ ਤਿੱਕੀ ਦੀ ਕਦੇ ਨਾ ਪਰਵਾਹ ਕੀਤੇ ਨਾ ਕਰਾਂਗੇ। ਅੱਜ ਸਗਨ ਵਾਲੀ ਗੱਲ ਜ਼ਰੂਰ ਦੱਸ ਦਿਓ ਮੇਰੇ ਸਾਰਿਆਂ ਨੂੰ, ਏਰੀਏ ਕਿਉਂ ਕਰਦੇ ਆ, ਭੈਣ ਕਰਦੇ ਆ, ਸੱਤ ਲੈਣਾ ਸਿੱਧੂ ਨੂੰ, ਆਹ ਭੈਣਾਂ ਦੇ ਨਾਲੇ ਗਾਣੇ ਭੈਣੇ ਦੇ ਹਮਾਨ ਮਿਲਦੇ, ਆਹ ਸਾਜਿਸ਼ਾਂ ਦੇ ਨਾਲ ਸਾਰੇ ਤੁਹਾਡੇ ਆ ਹਰਾਉਣਾ ਤੁਸੀਂ, ਆਹ ਭੱਲ ਜੋ ਇਹਦੇ ਕਦੇ ਨਹੀਂ ਹੋਣਾ ਤੁਸੀਂ, ਇਹਦੇ ਕਦੇ ਨਹੀਂ ਹੋਣਾ ਤੁਸੀਂ, ਇਹਦੇ ਕਦੇ ਨਹੀਂ ਹੋਣਾ ਤੁਸੀਂ। ਜਿੰਨੀ ਦਿੱਤੀ ਰੱਬ ਨੇ ਆ ਕੱਢੂ ਤੋੜਨਾ, ਇੱਥੇ ਸਾਨੂੰ ਹਵੇਰੀਆਂ ਦੀ ਦੁਨੀਆ ਤੇ ਗੱਲਾਂ ਘੁੰਮਦਾ, ਉਹ ਕੀ ਕਰਾਂ ਹੌਸਲੇ ਆ, ਬੰਦਾ ਨਹੀਂ ਆ ਦੌੜਿਓ ਜੋ ਚਾਹੁੰਦੇ ਹੋ ਮਕਾਉਣਾ ਤੁਸੀਂ, ਕਦੇ ਨੀ ਕਦੇ ਨਹੀਂ ਆਉਣਾ ਤੁਸੀਂ, ਕਦੇ ਨੀ ਕਦੇ ਨਹੀਂ ਆਉਣਾ ਤੁਸੀਂ, ਪਰਦੇ ਦੀ ਚੋਟੀ ਦੇ ਸਟਾਰ ਮਿੱਠੀ ਹੈ ਮੇਰੇ ਨਾਲਿਆ ਚੋਂ ਫਲ, ਕਹਿੰਦੇ ਮੈਨੂੰ ਤੇਰੇ ਨਾਲੋਂ ਵੱਡੇ ਅਸੀਂ ਆ ਯੂਟਿਊਬ ਉੱਤੋਂ ਫੇਕਦੇ, ਹਰ ਜ਼ਿੰਦਗੀ ਚ ਫੇਕ ਕੰਮ, ਹਰ ਮੂਹਰੇ ਹੋਏ ਕੋਈ ਕਦੇ, ਹਰ ਲੋਕੀ ਲਾਈਫ ਚ ਯਕੀਨ ਰੱਖਦਾ ਚੁੱਪ ਸੀ ਜ਼ਰੂਰ ਪਰ, ਪ੍ਰਮੋਸ਼ਨਾਂ ਦੀ ਆਓ ਕੱਦਿਆਂ ਚ ਬਜੇ ਹੋਵੇ।
ਆਹ ਗੀਤਕਾਰੀ ਕਲਾਕਾਰੀ ਇੰਡਸਟਰੀ ਚ ਲਿਆਂਦਾ ਮੇਰਾ ਚੇਂਜ ਦੇ ਕੇ ਉਹ ਕੱਢੀਆਂ ਭਜਾਈਆਂ ਬਹੁਤ ਨਾਲ ਰਲੇ ਨਾ ਉਹ ਫੜਿਆ ਨੇ ਮਿੱਤਰਾਂ ਦੀ ਕਿਵੇਂ ਨਾ ਕਿਵੇਂ ਸੀ ਚਾਹੁੰਦੇ ਪਿੱਛੇ ਸਾਨੂੰ ਲਾਉਣਾ ਤੁਸੀਂ ਕਦੇ ਨੀ ਘਰੇ ਨੀ ਆਉਣਾ ਤੁਸੀਂ ਹੋਏ ਕਦੇ ਨੀ ਆਉਣਾ ਤੁਸੀਂ ਗੈਰੀ ਬਣ ਤੇ ਨਵੇਂ ਆਉਂਦੇ ਬੜੇ ਨੇ ਉਹ ਚੱਕ ਜਿਹਾ ਬਣਨਾ ਜੋ ਸਿੱਧੂ ਮੂਸੇਆਲਾ ਆਪ ਆਉਂਦੇ ਵਾਂਗੂ ਅੱਜ ਕੱਲ੍ਹ ਉਹ ਜੱਟ ਦਾ ਮੁਕਾਬਲਾ ਕੀ ਕਰਕੇ ਦਿਖਾਉਣਾ ਤੁਸੀਂ ਇਹ ਦਿਨ ਕਦੇ ਨੀ ਆਉਣਾ ਤੁਸੀਂ ਇਹ ਦਿਨ ਕਦੇ ਨੀ ਆਉਣਾ ਤੁਸੀਂ ਜਿਹੜੇ ਤੁਹਾਨੂੰ ਵੀ ਦੋ ਤੰਗ ਕਰਦੇ ਕਰਿਆ ਕਰੋ ਭੁੱਲ ਜਾਓ ਕਾਲੀ ਜੀ ਕਿਤੇ ਕੋਈ ਕੁਛ ਹੋਰ ਨੀ ਪ੍ਰੋਗਰਾਮ ਆ ਤੈਨੂੰ ਪਤਾ ਲਾਉਣੋਂ ਹਟ ਗਿਆ
ਹੁੰਦੀ ਨਹੀਂ ਸੀ ਬਾਈ ਐਵੇਂ ਕਿਤੇ ਜਾਂਦਾ ਯਾਰ ਪਹਿਲਾਂ ਗੱਲ ਰੱਖ ਦੇ ਸ਼ਿਕਾਰੀ
ਮੂੰਹਾਂ ਉੱਤੇ ਲਹਾਵੇ ਨਾਲ ਆਓ ਜਾਂਦੇ ਟ੍ਰੈਂਡ ਸਿੱਧੂ ਚੱਟੇ ਉੱਤੇ ਦੁਨੀਆ ਨਾਚ ਗਾਦੀ ਵੀਰੇ
ਬਾਈ ਜੀ ਹੱਥ ਬੰਨ ਕੇ ਬੇਨਤੀ ਹੈ ਵੀਰੇ, ਬਹਿ ਜਾਓ ਸਾਰੇ ਜੀ, ਪਲੀਜ਼ ਰਿਕੁਐਸਟ ਕਰੋ ਵੀਰ ਬਣ ਕੇ, ਭਾਈ ਬਣ ਕੇ, ਭਾਈ ਬਣ ਕੇ ਬਹਿ ਜਾਓ, ਬਹਿ ਜਾਓ, ਤੁਹਾਡਾ ਭਰਾ ਤੁਹਾਡੇ ਪਿਆਰ ਕਰਕੇ ਆਇਆ, ਮੰਨ ਲਿਆ ਕਰੋ ਮੈਨੂੰ, ਹੈ ਨਾ, ਬਹਿ ਜਾਓ ਵੀਰੇ। ਕਮਲੋ ਤੇਰਾ ਚੰਨ ਤੇਰੇ ਦੋ ਤੈਨੂੰ ਮੂੰਹ ਤੋਂ ਤੇਰੇ ਕੋਲ ਆ।
ਪੱਤਿਆਂ ਨਾਲ ਹਿੱਕ ਭਿੜ ਗਈ। ਪਿੰਡ ਮੇਰਾ ਮੂਸਾ ਮਾਨਸਾ ਦਾ ਏਰੀਆ
ਲੱਭੜੀਆਂ ਚੰਗੀਆਂ ਜੋ ਮਾੜੀਆਂ ਲੱਭਦੇ ਆ ਚਲੋ ਦੁਨੀਆ ਪਰ ਤੁਸੀਂ ਸਹੀ ਨੂੰ ਸਹੀ ਕਹਿਣਾ ਨਾ ਬਸ ਇਹੀ ਬਹੁਤ ਆ ਹਾਂ ਤੂੰ ਤਾਂ ਸੰਗਾ ਮੋਰ ਦੀ ਮਤੂ ਦਵਾਰੀ ਆ ਜੱਗ ਦੇ ਮਰਾਨਾ ਵਿੱਚ ਘੋਰੇ ਬੁੱਤਰੇ ਜੱਗ ਨੂੰ ਮੋਰ ਦੀ ਮਤੂ ਦਵਾਰੀ
ਨਹੀਂ ਉਹ ਮਾਪੇ ਮੈਨੂੰ ਕਈ ਬੰਦਿਆਂ ਨੂੰ ਇਹਨਾਂ ਤੋਂ ਇਹ ਚੀਜ਼ ਤੋਂ ਕਰਦੇ ਵਿੱਤੀਆਂ ਨੂੰ ਮੁੰਡੇ ਕਿਵੇਂ ਕਹਿੰਦਾ ਜੇ ਇੱਥੇ ਆਉਂਦੀਆਂ ਨੇ ਤਾਂ ਇਹਨੂੰ ਪੁੱਤ ਬਣਾ ਕੇ ਭੇਜਣੇ ਮਾਂ ਪਿਓ ਝਾਂਜਰਾਂ ਦੇ ਕੀਤਾ ਹੀ ਛੜਾ ਕੇ ਲੰਘਦੇ ਆ ਧੀ ਨਹੀਂ ਉਹ ਮਾਪੇ ਮੈਨੂੰ ਪੁੱਤ ਮੰਗਦੇ ਆ ਤੇਰੇ ਵਾਲੇ ਘਰੇ ਆ ਜੀ ਤੂੰ ਬਣ ਕੇ ਰੱਬ ਤੋਂ ਆਈਏ ਲੋਕ ਸੁੱਖਾਂ ਸੁੱਕਦੇ ਆ ਜ਼ਿੰਦਗੀ ਦੇ ਵਿੱਚ ਨਾ ਮੈਂ ਬੜਾ ਸਮਾਂ ਤਾਂ ਹੈ ਨਹੀਂ ਮੈਂ ਜਿਹੜੀ ਯਾਨੀ ਕਿ ਮੇਜਰ ਕਰਾਊਡ ਤੋਂ ਮੈਂ ਛੋਟਾ ਹੀ ਹੋਊਂਗਾ ਪਰ ਮੈਂ ਇੱਕ ਚੀਜ਼ ਸਿੱਖੀ ਹੈ ਹਮੇਸ਼ਾ ਪ੍ਰੋਬਲਮ ਕੋਈ ਵੀ ਆਉਂਦੀ ਰਹੇ ਨਾ ਆ ਰੂਲ ਰਾਜ ਚੇਂਜ ਹੋਣਾ ਜਿਹੜਾ ਛੋਟੀਆਂ ਪ੍ਰੋਬਲਮਾਂ ਨੇ ਬਹੁਤ ਵੱਡੀਆਂ ਵੱਡੀਆਂ ਪ੍ਰੋਬਲਮ ਆਉਂਦੀਆਂ ਜ਼ਿੰਦਗੀ ਦੇ ਵਿੱਚ ਨਾ ਪ੍ਰੋਬਲਮ ਚਾਹੇ ਕਿੱਡੀ ਵੀ ਵੱਡੀ ਹੋਵੇ ਤੁਹਾਡਾ ਜਿਹੜਾ ਐਟੀਟਿਊਡ ਹੈ ਨਾ ਹਮੇਸ਼ਾ ਪੋਜ਼ਿਟਿਵ ਸਿੰਘ ਦੀ ਘੋੜੀ ਵਾਂਗੂ ਐਂ ਟਣਿਆ ਹੋਇਆ ਇੱਦਾਂ ਹੋਣਾ ਚਾਹੀਦਾ ਜੇ ਤੁਸੀਂ ਪੋਜ਼ਿਟਿਵ ਤੋਂ ਨੈਗੇਟਿਵ ਹੋ ਗਏ ਤੁਸੀਂ ਪਹਿਲਾਂ ਹੀ ਮਰ ਗਏ ਪ੍ਰੋਬਲਮ ਤੋਂ ਠੀਕ ਹੈ ਨਾ ਮੈਂ ਇਹ ਚੀਜ਼ ਬੜੇ ਧੱਕੇ ਖਾ ਕੇ ਸਿੱਖੀ ਹੈ ਨੀਵੀਂ ਪਾਈ ਵਾਲੇ ਬੰਦੇ ਨੂੰ ਲੋਕ ਜਿਉਣ ਨਹੀਂ ਦਿੰਦੇ ਜਿਹੜੇ ਆਪਣੇ ਨੇ ਜਿਹੜੇ ਆਪਦੇ ਨੇ ਉਹਨਾਂ ਖਾਤਰ ਸਿਰ ਝੁਕਾਓ ਜਿਹੜਾ ਸਾਡੇ ਦੇ ਸ਼ਰੀਕ ਆਪਣਾ ਹੀ ਕਰਨਾ ਉਹਨੂੰ ਜਮਾਂ ਸਿੱਧੇ ਹੋ ਜਾਓ ਫਿਰ ਹੀ ਟਾਈਮ ਪਾਸ ਹੁੰਦਾ ਇਹ ਦੁਨੀਆਂ ਨਰਮ ਬੰਦਿਆਂ ਦੀ ਨਹੀਂ ਹੈਗੀ ਸਿੱਖ ਲਓ ਇਹ ਚੀਜ਼ ਮਿਲਾ ਕੇ ਹੈ ਨਾ ਐਟੀਟਿਊਡ ਪੋਜ਼ਿਟਿਵ ਰਹੂਗਾ ਤਾਂ ਤੁਹਾਨੂੰ ਤਾਰ ਦੂਗਾ ਨੈਗੇਟਿਵ ਰਹੂਗਾ ਤਾਂ ਮਾਰ ਦੂਗਾ ਠੀਕ ਹੈ ਨਾ ਮੇਰਾ ਵੀਰੇ ਸਾਰਿਆਂ ਲਈ ਪਿਆਰ ਆਦਰ ਬਰਕਰਾਰ ਰੱਖਣਾ ਜੇ ਕੋਈ ਗੜਫੜ ਜੀ ਕਰਦਾ ਫਿਰ ਜਮਾਂ ਉੱਥੋਂ ਉੱਥੋਂ ਵਾਲੀ ਗੱਲ ਇੱਥੋਂ ਵਾਲੀ ਨਹੀਂ ਸੁਣ ਕੇ ਹੁੰਦੀ ਹੁੰਦੀ ਠੀਕ ਹੈ ਨਾ ਹਾਂ ਤੇਰੇ ਸ਼ਹਿਰ ਕੀ ਕਰਾਉਂਦੇ ਜਿਹੜੇ ਆ ਉਹ ਬਹੁਤ ਬੋਲਦੇ ਆ ਘੱਟ ਜਲਾ ਤੇ ਮਾਰਦੇ ਆਂਦੇ ਜਲਾ ਵਿੱਚ ਪੋਤੀਆਂ ਪੜੀਆਂ ਹੁੰਦੀਆਂ ਕਿਸੇ ਦੇ ਕੰਮ ਨਹੀਂ ਮੈਂ ਵੀ ਇਲੈਕਟ੍ਰੀਕਲ ਇੰਜੀਨੀਅਰ ਹਾਂ ਬੀਟੈਕ ਕੀਤੀ ਹੋਈ ਹੈ ਕੋਈ ਕੰਮ ਨਹੀਂ ਹੋ ਸਕਦਾ ਕੰਮ ਆਉਂਦੇ ਨੇ ਤਜਰਬੇ ਜੋ ਤੁਸੀਂ ਪ੍ਰੋਬਲਮਾਂ ਦੇ ਵਿੱਚੋਂ ਲੰਘੋਗੇ ਜੋ ਤੁਹਾਨੂੰ ਹਾਲਾਤਾਂ ਨੇ ਸਿਖਾ ਦੇਣਾ ਕੋਈ ਮਾਈ ਦਾ ਲਾ ਨਹੀਂ ਸਿਖਾ ਸਕਦਾ ਕੋਈ ਟੀਚਰ ਨਹੀਂ ਸਿਖਾ ਸਕਦਾ
ਮੈਨੂੰ ਬੜੇ ਬੰਦੇ ਕਹਿੰਦੇ ਹੁੰਦੇ ਹੈ ਨਾ, ਜਿਹੜਾ ਤੁਹਾਡਾ ਆਪਦਾ ਹੁੰਦਾ ਨਾ, ਤੁਸੀਂ ਤਾਂ ਹੋਰ ਸਾਹਿਬ ਦਾ ਐਕਸਪੀਰੀਅੰਸ ਕਰਦੇ ਹੋ, ਮੈਂ ਆਪਦੇ ਤਰੀਕੇ ਨਾਲ ਹੋਰ ਸਾਹਿਬ ਦਾ ਕਰਦਾ ਹੁੰਦਾ ਐਕਸਪੀਰੀਅੰਸ ਹੈ ਨਾ। ਮੇਰਾ ਨਾ ਕੋਈ ਬਹੁਤ ਪੁਰਾਣਾ ਦੋਸਤ ਸੀਗਾ ਬੀ ਟੈਕ ਦਾ, ਅਸੀਂ ਇਕੱਠੇ ਪੜ੍ਹੇ ਸੀ, ਕਿਸੇ ਨੇ ਫੇਸਬੁੱਕ 'ਤੇ ਪੋਸਟ ਪਾਈ, ਆਹ ਦੇਖੋ ਸਿੱਧੂ ਝੂਠ ਬੋਲਦਾ ਫੜਿਆ ਗਿਆ, ਆਹ ਦੇਖੋ ਸਿੱਧੂ ਨੇ ਫਲਾਨਾ ਕਰਤਾ, ਆਹ ਦੇਖੋ ਸਿੱਧੂ ਕੱਲੀਆਂ ਸਟੇਜ 'ਤੇ ਥਾਪੀਆਂ ਮਾਰਨ ਜੋਗਾ, ਆਹ ਦੇਖੋ ਬਾਈ। ਮੈਨੂੰ ਨਾ ਸਕਰੀਨਸ਼ੋਟ ਕਰਕੇ ਉਹਨੇ ਭੇਜਤਾ, ਮੈਨੂੰ ਕਹਿੰਦਾ ਸਿੱਧੂ ਯਾਰ ਆਹ ਕਿਉਂ ਹੀ ਹੁੰਦਾ, ਆਹ ਕਿਸ ਨੇ ਐਂ ਪਾਇਆ ਪਿਆ ਯਾਰ। ਮੈਂ ਕਿਹਾ ਫਿਰ ਕੀ ਹੋ ਗਿਆ? ਕਹਿੰਦਾ ਯਾਰ ਇਹ ਤਾਂ ਬਦਨਾਮੀ ਬਹੁਤ ਹੋ ਗਈ। ਮੈਂ ਫਿਰ ਕੀ ਹੋ ਗਿਆ ਯਾਰ, ਲੋਕ ਰਿਮਾਇੰਡ ਕਰਨਗੇ। ਮੈਂ ਫਿਰ ਕੀ ਹੋ ਗਿਆ? ਕਹਿੰਦਾ ਯਾਰ ਤੂੰ ਫਿਰ ਕੀ ਹੋ ਗਿਆ, ਫਿਰ ਕੀ ਹੋ ਗਿਆ? ਕਈਆਂ ਨੇ ਮੈਨੂੰ ਗਲਤ ਦੱਸਦਾ ਨੀ। ਮੈਂ ਕਿਹਾ ਤੂੰ ਮੈਨੂੰ ਇਹ ਦੱਸ ਵੀ ਇਹਦੇ ਬੋਲਣ ਨਾਲ ਗਾਣੇ ਚੱਲਣੋਂ ਹਟ ਗਏ? ਕਹਿੰਦਾ ਨਾ। ਮੈਂ ਕਿਹਾ ਕੱਲ ਨੂੰ ਮੇਰਾ ਆਊਟਲੈਂਡ ਸ਼ੋਅ ਹੈ ਸਾਰਾ ਭਰਿਆ ਹੋਇਆ, ਫਿਰ ਫਰਕ ਪਿਆ ਕੋਈ? ਕਹਿੰਦਾ ਨਾ। ਉਹ ਤੋਂ ਅਗਲਾ ਆਈਡੀ ਲੈਣਾ, ਉਹ ਵੀ ਸੋਲਡ ਆਊਟ ਹੈ, ਉਹਦੇ ਨਾਲ ਫਰਕ ਪਿਆ? ਕਹਿੰਦਾ ਕੋਈ ਨਾ। ਮੈਂ ਫਿਰ ਤੂੰ ਕਿਉਂ ਟੈਂਸ਼ਨ ਲਈ, ਆਰਾਮ ਨਾਲ ਖਾ ਕੇ ਸੌਂ ਜਾ। ਇਹ ਸਾਰੀ ਦੁਨੀਆਦਾਰੀ ਆ, ਦੋ ਧਾਰੀ ਤਲਵਾਰ ਹੈ, ਕਿਸੇ ਨੂੰ ਜਿਉਣ ਜਿਉਣ ਨਹੀਂ ਦਿੰਦੀ। ਜੇ ਅੱਜ ਚੜ੍ਹੇ ਆ, ਅੱਜ ਹਿੱਟ ਆ, ਤਾਂ ਇਹ ਪੁੱਛੂ ਤੂੰ ਹਿੱਟ ਕਾਹਤੋਂ ਹੈ, ਕਾਹਨੂੰ ਫਲੋਪ ਕਰੋ, ਤੂੰ ਫਲੋਪ ਕਾਹਤੋਂ, ਇੱਥੇ ਕਿਹੋ ਖਾਣਾ ਪੀਣਾ ਕੁਛ ਕੰਮ ਕਰ ਲੈ, ਇਹੋ ਜਿਹੇ ਲੋਕ ਨੇ। ਨਾਲੇ ਜਿਹੜਾ ਫੇਸਬੁੱਕ 'ਤੇ ਕਰਦਾ ਨਾ, ਇਹ ਸਟੇਜ 'ਤੇ ਥਾਪੀਆਂ ਮਾਰਨ ਜੋਗੇ ਹੀ ਹੈ, ਇਹਨਾਂ ਨੇ ਕੀ ਕਰਤਾ ਵੀ ਤੂੰ ਦੱਸ ਕੀ ਕਰਤਾ, ਕਿਹੜਾ ਮੋਗਾ ਬੰਦ ਕਰਤਾ ਤੂੰ? ਘਰੇ ਸਾਗ ਨਾਲ ਖਾ ਕੇ ਪੰਜ ਛੇ ਰੋਟੀਆਂ ਪਾ ਕੇ ਫੇਸਬੁੱਕ 'ਤੇ ਸਟੇਟਸ ਫੇਰ ਸੌਂ ਜਾਂਦਾ। ਇਹੋ ਜਿਹਾ ਵਾਂਗਰ ਘਰਦੇ ਨਹੀਂ ਤੁਰਦੇ ਹੁੰਦੇ ਕਿ ਇੱਥੇ ਆਪਣੇ ਕਿੰਨੇ ਮੇਰੇ ਵੀਰ ਭਰਾ ਆਏ ਹੋਏ ਆ। ਸੋ ਇਹਨਾਂ ਦੀਆਂ ਪੋਸਟਾਂ 'ਤੇ ਆਹ ਖੌਤੀ ਵਿਦਵਾਨਾਂ 'ਤੇ ਫੇਸਬੁੱਕੀਆਂ 'ਤੇ ਤੁਹਾਨੂੰ ਕਿਹੜਾ ਮੂਹਰੇ ਤਾਂ ਕਰਦੇ ਨੇ, ਇੱਥੇ ਨੀਵੀਂ ਪਾ ਕੇ ਲੰਘਣਗੇ ਇੱਥੋਂ ਦੀ ਸਾਲੇ ਨਾਲ। ਸਭ ਤੋਂ ਪਹਿਲਾਂ ਫੋਟੋ ਖਿੱਚੋ, ਮੂਹਰੇ ਹੀ ਖੜੇ ਹੁੰਦੇ ਆ ਜਿਹੜੇ ਬੋਲਦੇ ਹੁੰਦੇ ਆ। ਸਭ ਤੋਂ ਵੱਡਾ ਜੇ ਜ਼ਿੰਦਗੀ 'ਚ ਜਿਉਣਾ, ਨੈਗੇਟਿਵ ਲੋਕਾਂ ਨੂੰ ਅਤੇ ਨੈਗੇਟਿਵਿਟੀ ਨੂੰ ਦੂਰ ਰਹੋ ਹਮੇਸ਼ਾ। ਤੁਹਾਨੂੰ ਦੋ ਨੈਗੇਟਿਵ ਲੋਕਾਂ ਨੂੰ ਪਤਾ ਐਲਰਜੀ ਕੀ ਹੁੰਦੀ ਹੈ, ਵੀ ਇਹ ਸਕਸੈਸਫੁਲ ਕਿਵੇਂ ਹੋ? ਉਹ ਨਹੀਂ ਇਹ ਨਹੀਂ ਹੋਣਾ ਵੀ ਤੂੰ ਦੱਸ ਕੀ ਮੱਕੀ ਲੈਣੀ ਹੈ ਵਿੱਚ, ਹੋਵੇ ਚਾਹੇ ਨਾ ਹੋਵੇ। ਘੱਟੋ ਘੱਟ ਤੂੰ ਭਲਿਆ ਰੋਕਿਆ ਤਾਂ ਕਹਿ ਵੀ ਬਾਈ ਕਰ ਦੇਗਾ ਅਸੀਂ ਤੇਰੇ ਨਾਲ ਚੱਕ ਦੇ ਫੱਟੇ, ਉਦੋਂ ਬਾਅਦ ਹੋਵੇ ਚਾਹੇ ਨਾ ਹੋਵੇ। ਮੇਰੇ ਤੇ ਕਈ ਵਾਰੀ ਸਿਚੁਏਸ਼ਨ ਇਹੋ ਜਿਹੀ ਹੁੰਦੀ ਹੈ ਨਾ, ਸਭ ਤੋਂ ਪਹਿਲਾਂ ਫੋਨ ਮੇਰੀ ਮਾਂ ਦਾ ਹੁੰਦਾ ਮੈਨੂੰ ਵੀ ਪੁੱਤ ਦਵੀ ਨਾ, ਕੁੱਤੇ ਲੋਕ ਨੇ ਇਹੀ ਲੋਟ ਆਉਣਗੇ, ਖਿੱਚੀ ਜਾ। ਮੇਰੇ ਖਾਤਰ ਬੇਸ਼ੱਕ ਉਹਨੇ ਹੱਥ ਬੰਨੇ, ਪਰ ਮੈਨੂੰ ਅਜੇ ਤੱਕ ਕਦੇ ਨਹੀਂ ਕਿਹਾ ਵੀ ਚੁੱਪ ਕਰਕੇ ਤੂੰ ਮਾਫੀ ਮੰਗ ਲੈ। ਉਹਨੇ ਕਿਹਾ ਤੂੰ ਚੱਲ, ਅਸੀਂ ਹੈਗੀਆਂ ਤੇਰੇ ਵਾਸਤੇ। ਜਦੋਂ ਮੇਰੀਆਂ ਕੰਟਰੋਵਰਸੀਆਂ ਹੁੰਦੀਆਂ ਨੇ ਨਾ, ਸਭ ਤੋਂ ਪਹਿਲਾਂ ਤੁਹਾਡੀਆਂ ਟਿਕਟੋਕਾਂ ਸਨੈਪਚੈਟਾਂ ਮੇਰੇ ਤੱਕ ਪਹੁੰਚਦੀਆਂ ਨੇ ਕਿਵੇਂ ਨਾ ਕਿਵੇਂ ਕਰਕੇ। ਜਦੋਂ ਰੌਲਾ ਨਹੀਂ ਪਿਆ ਜੀ, ਸਾਡੇ ਪਿੰਡ ਘੇਰਨ ਗਏ ਸੀ ਦੋ ਤਿੰਨ, ਅੱਜ ਸਿੱਧੂ ਕੱਠਿਆ ਜੀ ਕੱਢੋ ਉਹਨੂੰ, ਸਿੱਧੂ ਨੂੰ ਕੀ ਕਰੋ, ਸਿੱਧੂ ਆਈ ਤੁਰਿਆ ਫਿਰਦਾ ਦੱਸੋ। ਉਹ ਤੋਂ ਬਾਅਦ ਮੈਨੂੰ ਤੁਹਾਡੀਆਂ ਸਨੈਪਚੈਟਾਂ 'ਤੇ ਸਟੋਰੀਆਂ ਦੇਖ ਕੇ ਮੈਨੂੰ ਐਂ ਲੱਗਿਆ ਵੀ ਯਾਰ ਮੇਰੇ ਭਾਈ ਹੈਗੇ ਆ ਮੇਰੇ ਨਾਲ ਖੜੇ ਹੋਏ ਹੈ ਨਾ। ਇੱਕ ਸਰਦਾਰ ਬਾਈ ਸੀਗਾ, ਉਹ ਬਾਈ ਨੇ ਕਿਹਾ ਕਹਿੰਦਾ ਉਹ ਕਿੱਥੇ ਮਰ ਗਏ ਤੁਸੀਂ, ਅੱਜ ਫੋਟੋਆਂ ਖਿਚਾਉਣ ਵਾਲੇ ਹੋ, ਕਿੱਥੇ ਅੱਜ ਤੁਹਾਡੀ ਜ਼ਮੀਨ, ਫੋਟੋਆਂ ਖਿਚਾਉਣ ਨਹੀਂ ਜਾਣਦੇ ਹੋ? ਸੋਹ ਲੱਗੇ ਬਾਈ, ਮੇਰੀ ਅੱਖਾਂ 'ਚ ਪਾਣੀ ਆ ਗਿਆ। ਮਾਂ ਯਾਰ ਕਿੰਨੇ ਬੰਦੇ ਖੜਨ ਵਾਲੇ ਨੇ ਹੈ ਨਾ। ਜੋ ਕੁਛ ਕੁ ਲੋਕ ਗੋੜ ਚੱਕੀ ਫਿਰਦੇ ਆ ਨਾ, ਗੋੜ ਚੱਕੀ ਫਿਰਦੇ ਆ, ਨਾਅਰੇ ਲਾਉਂਦੇ ਫਿਰਦੇ ਆ, ਇਹਨਾਂ ਦੇ ਜਵਾਕ ਸਾਰੇ ਸਭ ਤੋਂ ਜ਼ਿਆਦਾ ਗਾਣੇ ਸੁਣਦੇ ਹੁੰਦੇ ਆਪਣੇ। ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦਿਲੋਂ ਇੱਜ਼ਤ ਕਰਦੀ ਹੈ, ਜੋ ਆਪਾਂ ਸਾਰੇ ਪੰਥ ਦਾ ਹਿੱਸਾ ਹੀ ਹਾਂ, ਪੰਥ ਤੋਂ ਬਾਹਰ ਨਹੀਂ ਹੈਗੇ, ਕੋਈ ਵੀ ਨਹੀਂ ਬਾਹਰ ਹੈਗੇ ਇੱਥੇ, ਆਪਾਂ ਸਿੱਖਾਂ ਦੇ ਜਵਾਕ ਹਾਂ।
ਪਰ ਇਹਨਾਂ ਦਾ ਲੈਣਾ ਦੇਣਾ ਕੁਛ ਨਹੀਂ ਆ, ਜਿਹੜੇ ਆ ਥੱਲੇ ਉਹੀ ਨੰਬਰ ਕੁੱਟਣ ਨੂੰ ਹੀ ਫਿਰਦੇ ਨੇ ਜਿਹੜੇ। ਸਾਰੀ ਸਿੱਖ ਸੰਗਤ ਨੂੰ ਸਾਰਿਆਂ ਨੂੰ ਸਲੂਟ ਹੈ ਜੀ ਮੇਰੇ ਵੱਲੋਂ। ਮੈਂ ਕੋਈ ਮੇਰਾ ਵੀ ਰੱਬ ਨਹੀਂ ਹੈਗਾ, ਮੈਂ ਕੋਈ ਬਹੁਤ ਸਿਆਣਾ ਨਹੀਂ ਹੈਗਾ, ਗਲਤੀਆਂ ਸਾਰਿਆਂ ਤੋਂ ਹੀ ਹੁੰਦੀਆਂ, ਮੇਰੇ ਤੋਂ ਵੀ ਹੋ ਜਾਂਦੀ ਹੈ, ਪਰ ਆਪਾਂ ਹੰਕਾਰੇ ਨੇ ਵੀ ਅਸੀਂ ਮਾਫ਼ੀ ਨਹੀਂ ਮੰਗਦੇ। ਆਪਾਂ ਜਿੱਥੇ ਗਲਤੀ ਕਰਦੇ ਸਭ ਤੋਂ ਪਹਿਲਾਂ ਮਾਫ਼ੀ ਨਵਾਂ ਸਿੰਘ ਸਾਡਾ ਚੁੱਕ ਆਊਗਾ, ਠੀਕ ਹੈ ਨਾ ਜੀ, ਠੀਕ ਹੈ ਨਾ ਮੇਰਾ ਵੀਰ। ਆਪਣਾ ਮੇਰੀ ਇੱਕ ਗੱਲ ਸੁਣ ਲੈ, ਮੈਂ ਦੋ ਕੁ ਗੱਲਾਂ ਕਰਦੀਆਂ ਵੀਰੇ, ਦੋ ਕੁ ਗੱਲਾਂ ਕਰਦੀਆਂ ਮੇਰਾ ਵੀਰੇ, ਦੋ ਕੁ ਗੱਲਾਂ ਕਰਦੀਆਂ ਫਿਰ ਮੈਂ ਗਾਣੇ ਸੁਣਾਈ ਚਲੂ ਜਿੰਨੇ ਮਰਜ਼ੀ, ਹੈ ਨਾ ਵੀਰੇ। ਪਿੱਛੇ ਜੇ ਆਪਣਾ ਗਾਣਾ ਆਇਆ ਸੀ AK-47 ਵੀਰੇ, ਹੈ ਨਾ ਵੀਰੇ, ਕਦੇ ਗਾਣੇ ਚੈੱਕ ਕਰਿਓ, ਆਪਣੇ ਗਾਣੇ 'ਤੇ ਨਾ ਰਿਐਕਸ਼ਨ ਦਿੰਦੇ ਨੇ, ਕਦੇ ਗੋਰੇ ਦਿੰਦੇ ਨੇ, ਕਦੇ ਕਾਲੇ, ਵੀ ਆਹ ਗਾਣਾ ਕੀ ਹੈ, ਆਹ ਕਿਵੇਂ ਹੈ, ਤੁਸੀਂ ਦੇਖਦੇ ਹੋ ਨਾ, ਸਾਰਿਆਂ ਨੇ ਦੇਖਦੇ ਰਹੋ, ਉਹਨਾਂ ਨੂੰ ਕੀ ਪਤਾ ਸੀ ਵੀ ਪੰਜਾਬੀ ਕੌਣ ਹੈ, ਉਹਨਾਂ ਨੂੰ ਕੀ ਪਤਾ ਸੀ ਵੀ ਪੱਗ ਕੀ ਹੈ, ਜੇ ਉਹਨਾਂ ਤੱਕ ਗਾਣੇ ਗਏ ਤਾਂ ਉਹਨਾਂ ਨੂੰ ਫਿਰ ਪਤਾ ਲੱਗੇ ਵੀ ਪੱਗ ਕੀ ਹੈ, ਇਹ ਤੋਂ ਵੱਡਾ ਪ੍ਰਚਾਰ ਦੱਸੋ ਕੀ ਹੋ ਸਕਦਾ। ਜੇ ਅੱਜ ਗੋਰੇ ਕਾਲੇ, ਜੇ ਅੱਜ ਇੰਗਲੈਂਡ ਦੇ ਬਿਲਬੋਰਡ ਦੇ ਚਾਰਟਾਂ ਦੇ ਟੌਪ ਕੀਤਾ 47 ਨੇ, ਉਹ ਕੀ ਹੈ ਯਾਰ, ਪ੍ਰਚਾਰ ਹੀ, ਅਸੀਂ ਬੋਲੀ ਦਾ ਪ੍ਰਚਾਰ ਹੀ ਕਰਿਆ, ਇਸ ਤੋਂ ਵੱਧ ਕੀ ਕਰੀਏ, ਠੀਕ ਹੈ ਨਾ ਵੀਰੇ। ਸੋ ਮੇਰਾ ਭਰਾ, ਅਸੀਂ ਵੀ ਤੁਹਾਡੇ 'ਚੋਂ ਹੀ ਹਾਂ, ਮੈਂ ਤੁਹਾਡੇ 'ਚੋਂ ਹੀ ਹਾਂ, ਕੋਈ ਬਾਹਲਾ ਕੋਈ ਉੱਤੋਂ ਨਹੀਂ ਡਿੱਗਿਆ ਹੋਇਆ, ਗਲਤੀਆਂ ਸਾਰਿਆਂ ਤੋਂ ਹੁੰਦੀਆਂ, ਕੋਸ਼ਿਸ਼ ਕਰਿਆ ਕਰੋ, ਜਿੱਥੇ ਆਪਣੇ ਬੰਦੇ ਦੀ ਜਿਵੇਂ ਵੀ ਸਪੋਰਟ ਹੁੰਦੀ ਆ ਕਰੋ, ਲੱਤਾਂ ਨਾ ਖਿੱਚੋ ਬਸ ਮੇਰਾ ਵੀਰੇ, ਹੈ ਨਾ। ਜੇ ਤੁਹਾਡੇ ਆਫਲੈਂਡ 'ਚੋਂ ਕੋਈ ਵਧੀਆ ਮੁੰਡਾ ਸਿੰਗਰ ਉੱਠਦਾ ਯਾਰ, ਜੇ ਮੈਂ ਉਹਨਾਂ ਖੜ ਕੇ ਫੋਟੋ ਪਾ ਦੀ, ਕਿੱਡੀ ਕੁ ਗੱਲ ਹੋ ਗਈ, ਕੀ ਗੁਨਾਹ ਹੋ ਗਿਆ, ਹੈ ਨਾ। ਇਹ ਜੇ ਕਿਸੇ ਨੂੰ ਹੈਲਪ ਕਰੋਗੇ ਨਾ, ਮੇਰੀ ਕਿਸੇ ਨੇ ਹੈਲਪ ਕੀਤੀ, ਮੈਂ ਅੱਜ ਵੀ ਉਸਦਾ ਮੰਨਦਾ, ਅੱਜ ਵੀ ਨਾਮ ਲੈ ਕੇ ਕਰੂੰ ਵੀ ਫਲਾਣੇ ਬੰਦੇ ਨੇ ਮੇਰੀ ਹੈਲਪ ਕੀਤੀ ਸੀ, ਮੇਰਾ ਬਾਈ ਆ ਉਹ, ਭਲਾਣੇ ਮੈਨੂੰ ਬੁਲਾਉਂਦਾ ਨਹੀਂ, ਹੁਣ ਭਾਵੇਂ ਜਮਾਂ ਨਾ ਕੱਲ ਨੂੰ ਕਵੇ, ਪਰ ਤੁਹਾਡੀ ਇੱਜ਼ਤ ਜ਼ਰੂਰ ਕਰੂੰ, ਹੈਲਪ ਕਰਿਆ ਕਰੋ ਮੇਰਾ ਵੀਰ, ਲੱਤਾਂ ਨਾ ਖਿੱਚਿਆ ਕਰੋ, ਠੀਕ ਹੈ ਨਾ ਮੇਰਾ ਵੀਰ। ਜਿਹੜੀ ਆਪਣੀ ਯੰਗ ਕਰਾਊਡ ਹੈ ਮੇਰੇ ਭੈਣ ਭਰਾ ਨੇ, ਉਹਨਾਂ ਦਾ ਤਾਂ ਮੈਨੂੰ ਪਤਾ ਵੀ ਇਹ ਸਪੋਰਟ ਕਰਨ ਵਾਲੀ ਆ, ਥੋੜ੍ਹੇ ਜਿਹੇ ਜਿਹੜੇ ਖਿੰਗਰ ਬਜ਼ੁਰਗ ਨੇ ਉਹ ਥੋੜ੍ਹਾ ਜਿਹਾ ਤੱਬ ਜਾਂਦੇ ਨੇ। ਸੋ ਬਾਬਾ ਨਵਿਆਂ ਦਾ ਟਾਈਮ ਹੈ, ਨਵਿਆਂ ਨੂੰ ਚੱਲਣ ਦਿਓ, ਸਾਡਾ ਆਹੀ ਸੱਭਿਆਚਾਰ ਆ ਤੇ ਅਸੀਂ ਇਹਨੂੰ ਏਦਾਂ ਹੀ ਪ੍ਰਮੋਟ ਕਰਾਂਗੇ, ਠੀਕ ਹੈ ਨਾ ਜੀ। ਹੁਣ ਜਦੋਂ ਕਲਾਸ ਹੋ ਗਈ ਖਤਮ, ਗਾਣਾ ਸੁਣਨਾ ਸੁਣਨਾ ਕਿਹੜਾ ਵੀਰੇ, ਵੀਰੇ ਇੱਕੋ ਆਵਾਜ਼ ਬੋਲੋ ਸਾਰੇ, ਉਹ ਕੀਤਾ ਯਾਰ ਤੇ ਕੀ ਕਰੇ ਹਾਲ ਮਿੱਠੀਏ, ਉਹ ਤੁਰਦੇ ਆ ਮੇਰੇ ਨਾਲ ਨਾਲ ਮਿੱਠੀਏ, ਧਾਰੀਆਂ ਤੇ ਕੀ ਕਰੇ ਹਾਲ ਮਿੱਠੀਏ, ਤੁਰਦੇ ਆ ਮੇਰੇ ਨਾਲ ਨਾਲ ਮਿੱਠੀਏ, ਹੋ ਜਿੰਨਾ ਚਿਰ ਜਾਊ ਧੌਣ ਚੱਕ ਜਾਊਗਾ, ਭਾਵੇਂ ਇੱਕ ਮਿੰਟ ਭਾਵੇਂ, ਹੋ ਜਦੋਂ ਕਿਤੇ ਧਾਰ ਧਾਰ ਗੁਣ ਚੱਲੀ, ਇੰਨਾ ਹੀ ਪਹਾੜਾ ਵਾਂਗੂ ਸੀਨੇ ਤਨੇ, ਉਹ ਗੋਲੀ ਵੱਜੀ ਤੇ ਤੂੰ ਸੋਚੀ ਨਾ ਮੈਂ, ਉਹ ਮੇਰੇ ਯਾਰਾਂ ਦੀ ਬਹਾਦੇ ਨੇ, ਚੱਕਣਾ ਜਾਂ ਗਾਉਂਦੇ, ਮਰਦ ਮਰਾਉਣ ਦੀਆਂ ਗੱਲਾਂ ਨਹੀਂ ਕਰਦੀਆਂ, ਇਹ ਤਾਂ ਆਪਾਂ ਬਾਲਾਂ ਖਤਮ ਨਾ ਥੰਮ ਮਰ ਕੇ ਰਹਿਣਾ, ਹੱਥੋਂ ਸਹਿਣ ਕੇ ਕਰਾਉਂਦੇ ਜਿਹੜੇ ਆ, ਉਹ ਬਹੁਤ ਬੋਲਦੇ ਆ, ਮਾਰਦੇ ਆ ਸਾਡੇ
ਡੋਰੀ ਦਾ ਅੱਖਾਂ ਇੰਦੀਆਂ ਨੂੰ ਕੱਢਰੀ ਦੇ ਮੇਰੇ ਬਲੀ ਕਰ ਬੀਟਰ ਚਲ ਤੱਕ ਰੱਖਾਂ ਘਰ ਜਿੱਥੇ ਅਰ ਸਿੰਘ ਕਰਾਂ ਭਈਆ ਹੋਣਾ ਜਨ ਸਵਾਦ ਨਾਲ ਚੱਲੋ ਹੋ ਅੱਖਾਂ ਇੰਦੀਆਂ ਨੂੰ ਕੱਢਰੀ ਦੇ ਕਰੇ ਬੀਟਰ ਹੋ ਗਲ ਤੱਕ ਰੱਖਾਂ ਘਰ ਤੂੰ ਸੁਣ ਕੇ ਜਿੱਥੇ ਅਰ ਸਿੰਘ ਕਰਾਂ ਕਿਵੇਂ ਪਾਜੂਗਾ ਤੂੰ ਹੱਥ ਸੱਜਾ ਉਹ ਬਹੁਤ ਬੋਲਦੇ ਆ ਕਰ ਸੱਜਾ ਪਿੰਡ ਕਹਿੰਦਾ ਪੋਤਾ ਜਸਵੰਤ ਕੋਤਾ
ਮੇਰੀ ਦਾਦੀ ਖਾਤਰ ਤਾੜੀ ਮਾਰ ਦੋ ਇੱਕ ਵਾਰੀ। ਪਿੰਡ ਐਂਟਰੀ ਤੇ ਕੱਠ ਹੋਇਆ ਮੇਲੇ ਵਾਂਗਰਾ, ਪਿੰਡ ਐਂਟਰੀ ਤੇ ਕੱਠ ਹੋਇਆ ਮੇਲੇ ਵਾਂਗਰਾ, ਹੋਕੀ ਦੀ ਠੋਕੀ ਹਾਈਪ ਨਹੀਂ ਓ ਪਰ ਟਾਈਟ ਵਧੀਆ ਹੈ। ਹਾਓ ਜਿਵੇਂ ਜਿਵੇਂ ਤੁਰਾ ਲੋਕ ਫੋਲੋ ਕਰਦੇ, ਆਓ ਗੱਭਰੂ ਨੂੰ ਕਹਿੰਦੇ ਆ ਗਾਣਾ ਦੱਸੋ ਕਿਹੜਾ ਸੁਣੀਆਂ ਗਿਆ। ਹਾਂਜੀ ਜਿਹੜੇ ਬੋਲ ਕੇ ਕਿਹਾ ਨੂੰ ਦੱਸ ਲੈ ਜੇ ਕਿਸੇ ਨੂੰ ਵੀ ਮੈਂ ਭੇਜ ਦਿੰਦਾ। ਭਾਈ ਪਹਿਲਾਂ ਗਾ ਰੱਖਦੇ ਜੱਟ ਸ਼ਹਿਰ ਦੀ ਗੱਲ ਸੁਣਨਾ ਚਾਹੁੰਦੇ ਆ। ਦੇਸੀਆਂ ਦਾ ਬਚਦਾ ਜੋ ਹੁੱਟ ਮਿੱਤਰ, ਆਓ ਦੁਨੀਆਂ ਦੇ ਸਿੰਘ ਜਿੱਥੇ ਰਹਿਣੇ ਵਸਦੇ, ਉਹ ਜਿੱਥੋਂ ਦੀਆਂ ਲਾਈਸੈਂਸ ਪਲੇਟਾਂ ਗੈਂਦੀਆਂ, ਆਓ 90% ਹੀ ਇੱਥੇ ਯਾਤਰੀ ਵਸਦੇ। ਉਹ ਪਤਾ ਨੀ ਉਹ ਕੋਈ ਕੀ ਕੀ ਕੈਰੀ ਕਰਦਾ, ਹਰ ਇੱਕ ਕਾਕਾ ਇੱਥੇ ਪੁੱਤ ਮਾਈ ਦਾ, ਉਹ ਕੱਲੇ ਕਰ ਮੇਰੇ ਤੇ ਸਵੇਰੇ ਮਿੱਤਰਾ ਕੀ ਲਾਉਣ ਵਿੱਚ ਕਿਤੇ, ਉਹ ਕੱਲੇ ਕਹਿ ਮੇਰੇ ਤੇ ਸਵੇਰੇ ਮਿੱਤਰਾ ਉਹ ਏ ਟਾਊਨ ਵਿੱਚ ਕਿਤੇ। ਜੱਟੋ ਏ ਤੇ ਬੀ ਕੋਈ ਗੱਲ ਹੈ ਇਹਦਾ ਜਾਂਦੀ ਨੀ ਨਾ ਇੱਥੇ। ਵਿਤਕਰਾ ਨਹੀਂ ਕਰਨਾ, ਚਾਹੇ ਨਿਊਜ਼ੀਲੈਂਡ ਹੈ ਚਾਹੇ ਬਰੈਂਪਟਨ ਹੈ, ਸਭ ਤਾਂ ਇੱਕੋ ਹੀ ਚੀਜ਼ ਹੈ। ਮੈਂ ਕਈ ਵਾਰੀ ਦੇਖਦਾ ਹੁੰਦਾ ਰਿਪਲਾਈ ਪਾਉਣੇ ਹੁੰਦੇ ਆ ਇੱਧਰਲੇ ਉੱਧਰਲੇ ਨੂੰ, ਭਾਈ ਜਿਹੜੇ ਉੱਧਰਲੇ ਇੱਧਰਲੇ ਨੂੰ, ਉਹ ਭਰਾਵੋ ਆਖਰ ਨੂੰ ਰੋਟੀ ਮਿਲ ਰਹੀ ਹੈ, ਰੋਟੀ ਦੇ ਰਹੇ ਨੇ, ਬਸ ਸਾਰਿਆਂ ਦੀ ਇੱਜ਼ਤ ਕਰੋ ਜਿੱਥੇ ਰੋਟੀ ਮਿਲਦੀ ਹੈ। ਨਾ ਨਿਊਜ਼ੀਲੈਂਡ ਘੱਟ ਹੈ, ਨਾ ਕੈਨੇਡਾ ਘੱਟ ਹੈ, ਨਾ ਅਮਰੀਕਾ ਘੱਟ ਹੈ, ਆਪਾਂ ਨੂੰ ਸਾਰਿਆਂ ਨੂੰ ਰੋਟੀ ਦੇ ਰਹੇ, ਬਸ ਥੈਂਕਫੁਲ ਰਹੋ ਇਸ ਚੀਜ਼ ਲਈ, ਹੈ ਨਾ ਜੀ। ਡਬਲ ਵੀ ਸਰਾਂ ਤੇ ਆ ਮਾਨ ਜੱਟਾਂ ਦਾ, ਆਓ ਗੱਲ ਸਾਰੀ ਕਰਦੇ ਆ ਕੈਪ ਤੋਂ ਬਿਨਾਂ, ਆਜੋ ਗੱਲਾਂ ਕਰਦੇ ਨੇ ਨਾ ਵੀ ਐਂ ਜੀ ਐਂ, ਇਹਨਾਂ ਨੂੰ ਪੁੱਛੋ ਵੀ ਆਪਣੇ ਧਰਮ ਨੂੰ ਕੈਦ ਕਹਿੰਦੇ ਆ ਪੱਗ ਨੂੰ, ਉਹਦੇ ਵਾਸਤੇ ਲੜੋ। ਹੁਣ ਡਰਨ ਦੀ ਸਿਰਾਂ ਤੇ ਐ ਮਾਨ ਜੱਟਾਂ ਦਾ, ਉਹ ਗੱਲ ਸਾਰੀ ਕਰਦੇ ਆ ਕੈਦ ਤੋਂ ਬਿਨਾਂ, ਹੁਣ ਜਾ ਤੱਕ ਬਹਿ ਕੇ ਟਾਈਮ ਪਾਸ ਕਰ ਲੈ ਜਾਂ ਨਿਕਲੀ ਨਾ ਬਾਹਰ ਸੁੱਤਣਾ। ਚੌਵੀ ਘੰਟੇ ਉੱਥੇ ਇੱਕ ਕਾਲੀ ਮੇਜ ਘੁੰਮਦੀ, ਭੁੱਲ ਕੇ ਵੀ ਹੱਥੀ ਉਹਨੂੰ ਵੀ ਨੋ ਪੈਦਾ ਚੱਲੇ ਚੱਲੇ ਮੇਰੇ ਦੇ ਸਵੇਰ ਮਿੱਤਰਾ।
ਉਹ ਸਿੱਖਿਆ ਸੀਟਾਂ ਚੋਂ ਕਿਤਾਬਾਂ ਵਿੱਚੋਂ ਪੜ੍ਹਿਆ ਨੀ ਕਲੇਸ਼ ਅੱਗੇ ਆਉਂਦੇ ਨੇ ਕਿਉਂਕਿ ਸਿਰ ਤੋਂ ਮਾਰੇ ਨੇ ਰਵਾਇਆ ਦੇ ਮਾਰੇ ਲੱਗੇ ਨੇ
ਮਟਨ ਵਾਂਗ ਜੀਵਾ ਰੱਖਾਂ ਗੋਰੇ ਕਾਲੇ ਨਾਲ ਜੁੜੇ ਉਹ ਟੱਪ ਨਾਲ ਰੂ ਕਰੇ ਲਗਿਆਇਆ ਤੇ ਪਲਟਾ ਯਾਰੀ ਉਹ ਚੌਣਾ ਦੀ ਪੌਤਾ ਉੱਚਨਾ ਉੱਤੇ ਮੇਰਾ ਇਹਨਾਂ ਮੋਢਿਆਂ ਉੱਤੇ ਅਨੇ ਤੂੰ ਕੱਲਾ ਕਰਦੀ ਇੱਕ ਗੱਲ ਕਹੂੰਗਾ ਜ਼ਿੰਦਾਬਾਦ ਤੋਂ ਮੇਰਾ ਲਾਉਣਾ ਸਟੂਡੈਂਟ ਮਹਿਕਮਾ ਸਟੂਡੈਂਟ ਮਹਿਕਮਾ ਯੈਸ ਆਈ ਐਮ ਸਟੂਡੈਂਟ ਯੈਸ ਆਈ ਐਮ ਸਟੂਡੈਂਟ ਹੁਣ ਡਟ ਕੇ ਆਇਓ ਆਓ ਦਿਲ ਦਾ ਨੀ ਮਾੜਾ ਤੇਰਾ ਆਓ ਦਿਲ ਦਾ ਨੀ ਮਾੜਾ ਤੇਰਾ ਫੋਟੀ ਸਾਹਿਬ ਦੀ ਮੁੰਡਿਆ ਰਹੇ ਲੈਣ ਦਾ ਮੇਰਾ ਵੀਰ ਸਵਾਦ ਚਾਹੀ ਜਾਂਦਾ ਬੜਾ ਆਉਣ ਦੇ ਗਿਆ ਮੇਰਾ ਵੀਰ ਬੈਠੀ
ਬਾਈ ਆਹ ਸ਼ੋ ਹੋਣ ਪਿੱਛੇ ਜੇ ਕੇ ਸਟਾਰ ਪ੍ਰੋਡਕਸ਼ਨ, ਸਰਵਨ ਸੰਧੂ, ਕਰਮ ਹੁੰਦਲ, ਗੁਰਪ੍ਰੀਤ ਬਾਈ ਤੇ ਕੀ ਹੋਣਾ, ਬਹੁਤ ਬਹੁਤ ਯੋਗਦਾਨ ਹੈ ਜੀ, ਤਾੜੀ ਮਾਰਦੇ ਹੋ, ਠੀਕ ਹੈ ਜੀ, ਤੇ ਸਤਨਾਮ ਬੈਂਸ ਬਾਈ ਦਾ। ਦੱਸੋ ਕਿਹੜਾ ਸੁਣਨਾ, ਹੋਰ ਆਊ ਗਾਣਾ ਇੱਕ। ਕਿਹੜਾ ਵੀਰੇ ਉੱਚੀ ਨੂੰ ਦੱਸੋ, ਧੱਕਾ ਹੀ ਤੁਹਾਡੇ ਵੱਲੋਂ ਵੀ ਬਾਈ, ਪਤਾ ਕੀ ਨਹੀਂ ਆਉਂਦਾ, ਕੰਮ ਕਰਦਾ ਉਮਰ ਨਾਲ ਗਏ ਨੀ ਤੇਰੇ ਮੁੜੇ ਹੁੰਦੀਆਂ ਕੋਲ।
ਬੜਕਬੜ ਘੁੱਟਦੇ ਹੋਣਗੇ ਜਦੋਂ ਆਹ ਲੈਣ ਆਉਂਦੀ ਹੋਊਗੀ ਹੈ ਨਾ। ਸੁਟਣੀ ਲੈਣ ਦੇਣੀ ਨੀ ਕਵੇਂ ਦੇਖੀ ਉਹ ਬਿਠਾ ਤੁਹਾਡਾ ਕੋਈ ਮੁੱਲ ਨੀ, ਮੈਂ ਮੁੱਲ ਦੇ ਦਿੰਦਾ ਸਾਰਾ ਜੀ। ਅੱਜ ਦੇ ਟੀ ਸ਼ਰਟਾਂ ਤੇ ਲਾਈ ਆਹ ਤੁਹਾਡੇ ਵਾਸਤੇ ਹੈ। ਹਾਂਜੀ ਹੱਟੀ ਵੀ ਉੱਤਰ ਆਈ ਦੇਖਦੀ ਸਾਡਾ ਵਾਲਾ ਭੈਣ ਦੇਖੀ ਜਾ ਕੇ ਬਿਠੀਏ ਉਹ ਅਗਾਂ ਕਿੱਥੇ ਵੀ ਬਾਤ ਧੌਣ ਵਰਦੀ ਪੱਕੀਆਂ ਦੇ ਪਿੰਡੇ ਹੱਥ ਲਾ ਕੇ ਕੋਈ ਸ਼ਿਕਾਰ ਨਾ ਬਣਾ ਖੁਸ਼ੀਆਂ ਲੱਖ ਲੱਖ ਲੱਗੂ ਕਲੀ ਕਲੀਏ ਤੇ ਉਹ ਬੂਸੇ ਪਿੰਡ ਹੋਣਾ ਦੇਖੀ ਲੱਖ ਲੱਖ ਲੱਗੂ ਕਲੀ ਕਲੀਏ ਤੇ ਉਹ ਖੂਨ ਕਲਾ ਪਿੰਡ ਹੋਣਾ ਸਾਡੇ ਭਰਾ ਦੀ ਯਾਦ ਸਰ ਵੀ ਕਰੇ ਵਾਲੀ ਦੀ ਯਾਦ ਚ ਸਲੂਟ ਮਾਰ ਕੇ ਮੇਰਾ ਵੀਰ ਛੱਡ ਗਿਆ ਸੀਗਾ ਪਿੰਡ ਦਾ ਵੀ ਜਿੱਤਾ ਚੰਗਾ ਵਸਦਾ ਰਹੇ ਜਿੱਥੇ ਵੀ ਉੱਚੀਆਂ ਨੇ ਗੱਲਾਂ ਕਿਹੜਾ ਵੀਰੇ ਉੱਚੀਆਂ ਨੇ ਗੱਲਾਂ ਕਿਹੜਾ ਕਿਹੜਾ ਵੀਰੇ ਹਥਿਆਰ ਖੋਲੇ ਨਾਲ ਨਾਲ ਠੀਕ ਹੈ ਆਪ ਸੁਣੀ ਲੜ ਲਈ ਉੱਧਰ ਨਹੀਂ ਸੁਣੀ ਇੱਧਰ ਨਹੀਂ ਸੁਣੀ ਸਾਰਾ ਸੁਣਾ ਕੇ ਜਾਊ ਇਹ ਕੋਈ ਬਾਹਰ ਦੀ ਕੰਪਨੀ ਟੇਪ ਤਾਂ ਨਹੀਂ ਹੈ ਪਿੰਡ ਵਾਲਾ ਸਪੀਕਰ ਤਾਂ ਹੀ ਕਰੀ ਜਾਊ ਚਲੋ ਪਹਿਲਾਂ ਉੱਚੀਆਂ ਗੱਲਾਂ ਸੁਣਾ ਦਿੰਦੇ ਫਿਰ ਸੁਣਾਉਣੇ ਆ ਸਿਆ
ਆਪਣੇ ਰੁਪਏ ਉਹਨਾਂ ਦਾ ਵੀ ਥੈਂਕਸ ਕਰ ਦਿਓ, ਉਸਤਾਦ ਬੰਦੀ ਨੇ ਇੰਗਲੈਂਡ ਤੋਂ ਲਿਆਂਦੇ ਨਾਲ। ਬਾਈ ਨੂੰ ਹੁਣ ਵੀ ਕਾਲੀ ਇੰਜਨ ਕਾ ਜੇ ਲਵਾ ਦੀਏ ਨਾ, ਹੁਣ ਵੀ ਮਿਊਜ਼ਿਕ ਵਾਲੇ ਸੁਰਤ ਭੁੱਲ ਜਾਂਦੇ ਨੇ ਵੀ ਆਹ ਮੰਦਰ ਫੇਰ ਆ ਗਿਆ। ਅਜੇ ਵੀ ਉਸਤਾਦ ਬੰਦਾ ਨੇ ਸਲੂਟ ਮਾਰਿਆ ਕਰੋ ਮੇਰਾ ਵੀਰ ਅਜੇ ਨੂੰ, ਸਿਰ ਝੁਕਣਾ ਮੇਰੇ ਭਰਾਵਾਂ ਭਾਈ ਹਥਿਆਰ ਆਉਣਗੇ ਫਿਰ ਆਉਂਦੇ। ਆਓ ਸਾਡੇ ਕੋਲੋਂ ਸੈਮ ਸੈਮ ਜੋ ਲੰਘਦੇ ਸੀ, ਸੁਣਿਆ ਮੈਂ ਹੁਣ ਹੱਥ ਗਲ ਮੈਨੂੰ ਬੋਲ ਬਾਜਾ ਬਾਜੋ ਦੇਖ ਰਹੇ ਅਸੀਂ ਮਾਨ ਸੁਣਾ ਝੁੰਡ ਮਿੱਤਰਾਂ ਦੇ ਉੱਚੀਆਂ ਉਡਾਰੀਆਂ ਗਾਉਣ ਲੱਗੇ ਸੱਪਾਂ ਵਾਂਗੂ ਵੈਰੀ ਉਸਨੇ ਚੱਕਣ ਲੱਗੇ ਭੋਲੇ ਸਿਧੋ ਦੀਵਾਰੀਆਂ
ਦੱਸ ਵੀ ਉਹ ਨਹੀਂ ਦੇਈ ਮੇਰੀ ਜੋ ਮੈਨੂੰ ਘਬਰੂ ਕਰਦੇ ਕਰਦੇ ਮੈਨੂੰ ਸਾਰੀ ਉਮਰ ਤੂੰ ਬਾਪੂ ਮੇਰਾ ਕਰਿਆ ਹੁਣ ਬੋਝ ਤੂੰ ਮੈਨੂੰ ਦੇ ਦੇ ਜਿਹਨੂੰ ਟਿਕਦੇ ਕਹਿੰਦੇ ਤੂੰ ਲੋਕੀ ਟਿਚਰਾ ਕਰ ਲੈ ਛਾਤੀ ਤਾਰੀ ਦੁਨੀਆ ਦੀ ਕਿਹੜੀ ਸ਼ੈ ਚਾਹੀਦੀ ਦੱਸ ਬਾਪੂ ਹੁਕਮ ਤੇਰਾ ਹੁਣ ਕਹਿੰਦੇ ਲੋਕਾਂ ਹੋ ਸਾਡੇ ਬਹੰਗੂ ਸਾਡੀਆਂ ਮੇਰੇ ਭਰਾਵਾਂ ਦੇ ਆਉਣਗੇ ਇਹ ਮੇਰੀ ਆਨਲਾਈਨ ਪ੍ਰਮੋਸ਼ਨ ਹੈ ਸਾਰੀ ਸਾਡੇ ਚੱਲ